पंजाब सरकार वल्लों एशिया यूथ एक्सचेंज इन सेंस दे तहत प्रोग्राम दा आयोजन किया जा रहा, जिस दे विच पंजाब भर तो 8 विद्यार्थी है जिहड़े ओ जापान लई रवाना होणगे। इन्हां विचों एक मानसा जिले की विद्यार्थन है हरमनदीप कौर। हरमनदीप कौर वो विद्यार्थन है जिन्हें 10वीं दे विच अपनी कला के जोर दिखाए सी ते भगवंत मान सरकार ने 51,000 रुपए सन्मान करन दा जिहड़ा तुहैया किया सी। साडे नाल बच्ची भी ते उन्हां दे मापे भी ने, उन्हां तों जाणदे आ कि जापान दे विच पहुँचना किन्ना कु वड्डा सुपना सी, ते ओह भी मध्य वर्गी परिवार दे विचों ਇਹ ਰੁਤਬਾ ਹਾਸਲ ਕਰਨਾ ਕਾਫੀ ਵੱਡੀ ਗੱਲ ਹੈ, ਖਾਸ ਕਰਕੇ ਮਾਨਸਾ ਜ਼ਿਲ੍ਹੇ ਤੋਂ। ਹਰਮਨਦੀਪ ਨਾਲ ਗੱਲ ਕਰਦੇ ਹਾਂ। ਹਰਮਨ, ਕਿਹੋ ਜਿਹਾ ਲੱਗਦਾ ਹੈ, ਕਿਉਂਕਿ ਮਾਨਸਾ ਜ਼ਿਲ੍ਹੇ ਨੂੰ ਪਛੜਿਆ ਹੋਇਆ ਜ਼ਿਲ੍ਹਾ ਕਿਹਾ ਜਾਂਦਾ ਹੈ, ਅਤੇ ਤੁਸੀਂ ਅੱਜ ਜਾਪਾਨ ਦੇ ਲਈ ਇਹ ਚੁਣੇ ਗਏ? ਹਾਂਜੀ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਇੱਕ ਜਾਪਾਨ ਜਿਹੜੀ ਐਡੀ ਵਧੀਆ ਡਿਵੈਲਪਮੈਂਟ ਵਾਲੀ ਕੰਟਰੀ ਹੈ, ਉੱਥੇ ਸਾਨੂੰ ਫ੍ਰੀ 'ਚ ਜਾਣ ਦਾ ਮੌਕਾ ਮਿਲ ਰਿਹਾ, ਅਤੇ ਉੱਥੇ ਜਾ ਕੇ ਪੱਕੀ ਉਮੀਦ ਹੈ ਵੀ ਅਸੀਂ ਬਹੁਤ ਕੁਛ ਨਵਾਂ ਸਿੱਖ ਕੇ ਆਵਾਂਗੇ। ਅਤੇ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਵੀ ਹਾਂ ਵੀ ਸਾਨੂੰ ਐਡਾ ਵੱਡਾ ਮੌਕਾ ਦਿੱਤਾ। ਨਹੀਂ, ਇੰਨੀ ਛੋਟੀ ਉਮਰ ਵਿੱਚ ਆ 10th ਕਰਕੇ ਅਸੀਂ ਬਾਹਰ ਨਹੀਂ ਜਾ ਸਕਦੇ ਹੁੰਦੇ, ਪਲੱਸ ਟੂ ਕਰਕੇ ਆਈਲੈਟਸ ਵਗੈਰਾ ਕਰਕੇ ਜਾ ਸਕਦੇ ਹਾਂ, ਅਤੇ ਇਸ ਲਈ ਸਰਕਾਰ ਨੂੰ ਬਹੁਤ ਬਹੁਤ ਥੈਂਕ ਯੂ ਕਹਿੰਦੇ ਹਾਂ। ਅੱਛਾ ਹਰਮਨ, ਕਦੇ ਸੋਚਿਆ ਸੀ, ਕਿਉਂਕਿ ਮੰਡਾਲੀ ਪਿੰਡ ਵੀ ਕਾਫੀ ਪਛੜਾ, ਇੱਥੋਂ ਕਾਫੀ ਦੂਰ ਹੈ, ਪਰਿਵਾਰ ਦੇ ਹਾਲਾਤ ਕਿਹੋ ਜਿਹੇ ਸੀ, ਕਦੇ ਕੀ ਸੁਪਨਾ ਲਿਆ ਸੀ, ਕਿਉਂਕਿ 10ਵੀਂ ਦੇ ਵਿੱਚ ਵੀ ਤੁਸੀਂ ਮੱਲਾਂ ਮਾਰੀਆਂ? ਹਾਂਜੀ, ਪਹਿਲਾਂ ਕਦੇ ਐਵੇਂ ਸੋਚਿਆ ਤਾਂ ਨਹੀਂ ਸੀਗਾ ਵੀ ਐਵੇਂ ਵੀ ਹੋ ਜੂਗਾ, ਜਾਂ ਸਰਕਾਰ ਦੇ ਇਹ ਐਲਾਨ ਵੀ ਹੋ ਜਾਣਗੇ, ਅਤੇ ਬਾਕੀ ਹੁਣ ਖੁਸ਼ੀ ਬਹੁਤ ਹੋ ਰਹੀ ਹੈ। ਬਾਕੀ ਸਾਰੇ ਖੁਸ਼ ਨੇ, ਪੇਰੈਂਟਸ, ਰਿਲੇਟਿਵਸ, ਟੀਚਰਸ, ਉਹਨਾਂ ਨੂੰ ਵੀ ਮਾਣ ਮਹਿਸੂਸ ਹੁੰਦਾ, ਅਤੇ ਬਾਕੀ ਸਾਰੇ ਪਿੰਡ ਦੇ ਸਾਰਿਆਂ ਨੂੰ ਬਹੁਤ ਖੁਸ਼ੀ ਹੈ। ਅੱਛਾ, ਤੁਸੀਂ ਜਦੋਂ ਪੜ੍ਹਦੇ ਸੀ ਉਦੋਂ ਪ੍ਰਾਈਵੇਟ ਸਕੂਲਾਂ ਦਾ ਵੀ ਕਾਫੀ ਵੱਡਾ ਰੁਝਾਨ ਹੈ, ਆਮ ਸੋਚਦੇ ਕਿ ਪ੍ਰਾਈਵੇਟ ਸਕੂਲ 'ਚ ਪੜ੍ਹਨ ਨਾਲ ਬੱਚੇ ਦੀ ਗਰੋਥ ਹੈ ਜਿਹੜੀ ਵੱਡੀ ਹੁੰਦੀ ਹੈ, ਹੁਣ ਤੁਸੀਂ ਸਰਕਾਰੀ 'ਚ ਪੜ੍ਹ ਕੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਕਿ ਇਹ ਰੁਤਬਾ ਹੈ ਜਿਹੜਾ ਸਰਕਾਰੀ 'ਚ ਵੀ ਹਾਸਲ ਹੋ? ਹਾਂਜੀ, ਇਹ ਤਾਂ ਆਪਣੇ ਮਨਾਂ ਵਿੱਚ ਵਹਿਮ ਹੁੰਦਾ ਵੀ ਪ੍ਰਾਈਵੇਟ ਸਕੂਲਾਂ 'ਚ ਵੀ ਸਰਕਾਰੀ ਸਕੂਲਾਂ ਤੋਂ ਅੱਗੇ ਹੋਣਗੇ ਜਾਂ ਜ਼ਿਆਦਾ ਵਧੀਆ ਪੜ੍ਹਾਈ ਹੋਊਗੀ। ਅਸਲ ਵਿੱਚ ਜਿਹੜੇ ਬੱਚੇ ਪੜ੍ਹਦੇ ਉਹਨਾਂ ਨੂੰ ਐਕਸਪੀਰੀਅੰਸ ਹੋ ਕੇ ਪਤਾ ਲੱਗਦਾ ਵੀ ਸਰਕਾਰੀ ਸਕੂਲ ਕਿਸੇ ਗੱਲੋਂ ਘੱਟ ਨਹੀਂ ਹੈਗੇ, ਅਤੇ ਬਾਕੀ ਉਹ ਪ੍ਰਾਈਵੇਟਾਂ ਦਾ ਮੁਕਾਬਲਾ ਕਰਦੇ ਸੀ ਅਤੇ ਹੁਣ ਅੱਗੇ ਵੀ ਕਾਫੀ ਨੇ, ਅਤੇ ਬਾਕੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਰਕਾਰੀ ਸਕੂਲ 'ਚ ਸਰਕਾਰ ਵੱਲੋਂ, ਵਧੀਆ ਸਟਾਫ ਹੈ, ਪੜ੍ਹਾਈ ਹੈ, ਵਧੀਆ ਇਮਾਰਤਾਂ ਬਿਲਡਿੰਗਸ ਬਣੀਆਂ ਹੋਈਆਂ ਨੇ, ਤਾਂ ਸਰਕਾਰੀ ਸਕੂਲਾਂ ਨੂੰ ਆਪਾਂ ਘੱਟ ਨਹੀਂ ਕਹਿ ਸਕਦੇ ਕਿਸੇ ਪਾਸਿਓਂ। ਅੱਛਾ, ਤੁਹਾਡਾ ਚੋਣਵਾਂ ਵਿਸ਼ਾ ਸੈਂਸ ਹੈ, ਸੈਂਸ ਨਾਲ ਹੀ ਮੇਰੇ ਸੰਬੰਧਿਤ ਲੱਗਦਾ ਕਿ ਜਾਪਾਨ ਦੇ ਵਿੱਚ ਸਿਖਾਉਣਾ ਕੁਛ, ਕੀ ਬਣਨਾ ਚਾਹੁੰਦੇ ਹੋ ਅੱਗੇ, ਅਤੇ ਸੈਂਸ ਦੇ ਵਿੱਚ ਕਿਵੇਂ ਰੁਚੀ? ਅੱਗੇ ਜਾ ਕੇ ਤਾਂ ਇਹ ਮੇਰਾ ਸੁਪਨਾ ਵੀ ਮੈਂ IPS ਆਫਿਸਰ ਬਣਨਾ ਹੈ, ਅਤੇ ਬਾਕੀ ਹੁਣ ਪਲੱਸ ਵਨ 'ਚ ਮੈਂ ਨੋਨ ਮੈਡੀਕਲ ਸਬਜੈਕਟ ਲਏ ਹੋਏ ਆ ਜੀ। ਅਤੇ ਉੱਥੇ ਜਾ ਕੇ ਕਿਹੋ ਜਿਹਾ ਦੱਸਿਆ ਤੁਹਾਨੂੰ ਵੀ ਕੀ ਸਿੱਖਣਾ, ਕਿਵੇਂ ਜਾਣਾ, ਕਿੰਨਾ ਕੁ ਜਿਹੜਾ ਖਰਚਾ ਹੋਇਆ ਤੁਹਾਡੇ ਵੱਲੋਂ ਹੋਇਆ ਸਰਕਾਰ ਵੱਲੋਂ? ਉੱਥੇ ਜਿਹੜਾ ਸਾਡਾ ਵੀਜ਼ਾ ਵਗੈਰਾ ਲੱਗੂ ਉਹ ਸਾਰਾ ਕੁਛ ਸਰਕਾਰ ਨੇ ਆਪ ਖਰਚਾ ਕੀਤਾ ਹੈ, ਅਤੇ ਬਾਕੀ ਜਾਪਾਨ ਸਾਰੀ ਕੰਟਰੀ ਜਿਵੇਂ ਆਪਾਂ ਜਾਣਦੇ ਹਾਂ ਵੀ ਕਿੰਨੀ ਡਿਵੈਲਪਮੈਂਟ ਹੈ, ਉਹ ਸਾਰੀ ਦਾ ਟੂਰ ਲਿਜਾਇਆ ਜਾ ਰਿਹਾ ਵੀ ਸਾਰੀ ਘੁੰਮਾ ਕੇ ਲਿਆਉਣਗੇ, ਅਤੇ ਬਾਕੀ ਕੱਪੜਿਆਂ ਵਗੈਰਾ ਦਾ ਖਰਚਾ ਜਾਂ ਉੱਥੇ ਦਿੱਲੀ ਵਗੈਰਾ ਏਅਰਪੋਰਟ 'ਤੇ ਆਉਣ ਜਾਣ ਦਾ ਖਰਚਾ ਉਹ ਸਾਡਾ ਆਪਣਾ ਹੋਊਗਾ। ਬਿਲਕੁਲ, ਪਰਿਵਾਰ ਦੇ ਮੈਂਬਰ ਵੀ ਨਾਲ ਨੇ ਸਾਡੇ। ਮਾਤਾ ਜੀ, ਤੁਹਾਡੀ ਬੱਚੀ ਨੇ ਪਹਿਲਾਂ ਤਾਂ 10ਵੀਂ ਦੇ ਵਿੱਚੋਂ ਮੱਲਾਂ ਮਾਰੀਆਂ ਅਤੇ ਹੁਣ ਜਾਪਾਨ ਜਾ ਰਹੇ ਆ, ਤੁਹਾਡੇ ਪਰਿਵਾਰ 'ਚੋਂ ਕਦੇ ਕੋਈ ਬਾਹਰ ਗਿਆ, ਅਤੇ ਬੱਚੀ ਬਾਰੇ ਕੀ ਕਹੋਗੇ? ਨਹੀਂ ਜੀ, ਕੋਈ ਨਹੀਂ ਗਿਆ ਪਹਿਲਾਂ ਬਾਹਰ ਸਾਡਾ, ਇਹੀ ਗੁੱਡੀ ਆਈ ਸੀ ਸਮਝ। ਬੇਟਾ ਮੇਰਾ 10 ਪੜ੍ਹ ਕੇ ਹਟ ਗਿਆ ਸੀ, ਖੇਤੀਬਾੜੀ ਕਰਦਾ ਸੀ, ਸਾਡੇ ਜਿਹੜਾ ਸਕੂਲ ਸੀ ਉੱਥੇ ਕੋਈ ਸਾਧਨ ਨਹੀਂ ਸੀਗਾ, ਸਾਡੇ ਟੀਚਰ ਆਪ ਹੀ ਇਹਨਾਂ ਲੈ ਕੇ ਜਾਂਦੇ, ਆਪ ਹੀ ਛੱਡ ਕੇ ਜਾਂਦੇ, ਕੋਈ ਖਾਰੇ ਤੋਂ ਸਰ ਸੀ ਵਿਚਾਰੇ, ਉਹ ਆਪਦੀ ਗੱਡੀ ਦੀ ਖਰਚਾ ਕਰਦੇ, ਲੋਕ ਕਹਿ ਦਿੰਦੇ ਵੀ ਘਰੋਂ ਵੈਨਾਂ ਜਾਂਦੇ, ਤੁਸੀਂ ਵੈਨਾਂ 'ਤੇ ਚੜਾਓ, ਕੁੜੀਆਂ ਨੂੰ ਬਾਹਰ ਕੇ ਭੇਜ ਦਿਓ, ਪਰ ਸਾਨੂੰ ਮਾਣ ਸੀ ਵੀ ਸਾਡਾ ਬੱਚਾ ਸਰਕਾਰੀ ਸਕੂਲ 'ਤੇ ਨੰਬਰ ਲਈ ਜੂਗਾ। ਸਰਕਾਰੀ ਸਕੂਲ ਦੇ ਟੀਚਰ ਜਿੰਨੇ ਸੀ ਵਾਰੀ ਨਾਲ ਇਹਨਾਂ ਨੂੰ ਲੈ ਕੇ ਜਾਂਦੇ, ਵਾਰੀ ਨਾਲ ਛੱਡ ਕੇ ਜਾਂਦੇ, ਸਕੂਲ ਸਾਡਾ ਦੂਰ ਪੈਂਦਾ ਸੀ ਥੋੜ੍ਹੀ ਜਿਹੀ ਮੰਡਾਲੀ, ਹੁਣ ਵੀ ਗੁੜੀਆਂ 9ਵੀਂ ਕਲਾਸ ਵੀ ਅਸੀਂ ਉਸੇ ਸਕੂਲ 'ਚ ਪਾਤੀ, ਉੱਥੇ ਸਾਨੂੰ ਇਹ ਤਕਲੀਫ ਸੀ ਵੀ ਆਉਂਦਾ ਕਹਿੰਦਾ ਤੁਸੀਂ ਘਰੇ ਬੱਚੇ ਨੂੰ ਚੜਾਓ ਵੈਨ 'ਤੇ ਖਰਚਾ, ਪਰ ਸਾਨੂੰ ਕੋਈ ਕਿੰਨਤ ਨਹੀਂ ਸੀ, ਸਾਨੂੰ ਇਸ ਸਾਡਾ ਬੱਚਾ ਸਰਕਾਰੀ ਸਕੂਲ ਹੀ ਪੜ੍ਹੇ, ਸਰਕਾਰੀ 'ਚ ਇਹਨਾਂ ਨੂੰ ਲਾਭ ਮਿਲੇਗਾ। ਅੱਛਾ, ਮਤਾ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਹੈ, ਕਿੰਨੇ ਬੱਚੇ ਨੇ ਤੁਹਾਡੇ ਪੋਤੇ ਪੋਤੇ, ਅਤੇ ਕਿੰਨੀ ਕੁ ਮੁਸ਼ਕਤ ਕਰਨੀ ਪਈ ਇਹਨੂੰ ਪੜ੍ਹਾਉਣ? ਜੀ ਇੱਕੋ ਹੀ ਬੇਟਾ ਮੇਰੇ, ਦੋ ਗੁੱਡੀਆਂ ਗੁੱਡੀਆਂ ਮੇਰੇ ਬੇਟੇ ਦੀ। ਅਤੇ ਘਰ ਦੇ ਹਾਲਾਤ ਕਿਹੋ ਜਿਹੇ? ਘਰ ਦੇ ਜੀ, ਹੁਣ ਤਾਂ ਬਸ ਉਹ ਪਹਿਲਾਂ ਤਾਂ ਬਹੁਤ ਗਰੀਬੀ ਸੀ ਘਰ 'ਚ, ਬਸ ਇਹਨਾਂ ਦੀ ਮਿਹਨਤ 'ਤੇ ਸੀ, ਸਾਨੂੰ ਵੀ ਇਹ ਪੜ੍ਹੇ ਤਾਂ ਹਾਂ ਵੀ ਸਰਕਾਰ 'ਚ ਕੁਛ ਵਿਚਾਰੇ ਨੂੰ ਮਿਲੇ ਤਾਂ ਇਹਨੂੰ ਕੋਈ ਨੌਕਰੀ ਮਿਲ ਜਾਏਗਾ, ਇਹੀ ਹਾਲਾਤ ਸੀ। ਲੱਗਦਾ ਕਿ ਹੁਣ ਇਹਦਾ ਸੁਪਨਾ ਜਿਹੜਾ, ਹਾਂ ਹੁਣ ਜੀ ਇਹਦਾ ਸੁਪਨਾ ਪੂਰਾ ਹੋ ਜੂਗਾ। ਹਾਂ, ਸਰਕਾਰ ਨੇ ਬਹੁਤ ਮਿਹਨਤ ਕਰੀ ਹੈ, ਸਾਨੂੰ ਵੀ ਐਂ ਵੀ ਸਰਕਾਰੀ ਸਕੂਲ ਦਾ ਵੀ ਨਾ ਪਵੇ ਅਤੇ ਸਾਡੇ ਬੱਚੇ ਦੀ ਵੀ ਕਦਰ ਪਵੇ। ਬਿਲਕੁਲ, ਸਕੂਲ ਦੇ ਪ੍ਰਿੰਸੀਪਲ ਵੀ ਸਾਡੇ ਨਾਲ ਨੇ। ਮੈਮ, ਕਿਹੋ ਜਿਹਾ ਲੱਗਿਆ ਤੁਹਾਡੀ ਸਕੂਲ ਦੀ ਵਿਦਿਆਰਥਣ ਹੈ ਜਿਹੜੀ ਜਾਪਾਨ ਦੇ ਲਈ ਚੁਣੀ ਗਈ ਹੈ, ਕੀ ਕਹੋ? ਮੈਨੂੰ ਬਹੁਤ ਅੱਛਾ ਲੱਗ ਰਿਹਾ, ਮੈਂ ਵਧਾਈ ਦੇ ਰਹੀ ਹਾਂ ਇਹਨਾਂ ਦੇ ਦਾਦੀ ਜੀ ਨੂੰ ਵੀ ਔਰ ਬੱਚੇ ਨੂੰ ਵੀ, ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਸਕੂਲ ਦਾ ਜਿਹੜਾ ਬੱਚਾ ਹੈ ਹਰਮਨ,
ਇਹ ਜਾਪਾਨ ਜਾ ਰਹੀ ਹੈ ਵਿਜ਼ਿਟ ਕਰਨ। ਮੈਮ ਇਹਨੇ 10ਵੀਂ 24 ਮੱਲਾਂ ਮਾਰੀਆਂ ਸੀ ਅਤੇ ਆਮ ਰੁਝਾਨ ਹੈ ਕਿ ਪ੍ਰਾਈਵੇਟ ਸਕੂਲ 'ਚ ਪਤਾ ਨਹੀਂ ਕੀ ਜਾਦੂ ਹੈ ਕਿ ਛੜੀ ਘੁਮਾਉਣਗੇ ਅਤੇ ਬੱਚੇ ਦੀ ਪ੍ਰਤਿਭਾ ਹੈ ਜਿਹੜੀ ਉਹ ਚਮਕਾ ਦੇਣਗੇ, ਅਤੇ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਜਿਹੀਆਂ ਮੱਲਾਂ ਮਾਰ ਰਹੇ ਆ। ਦੇਖੋ ਵੈਰੀ ਫਰੈਂਕਲੀ ਜੇ ਮੈਂ ਤੁਹਾਨੂੰ ਦੱਸਾਂ ਤਾਂ ਜੋ ਪ੍ਰਾਈਵੇਟ ਸਕੂਲ ਹੈ, ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜੀ ਬੱਚਿਆਂ ਦੀ ਮਿਹਨਤ ਘੱਟ ਹੁੰਦੀ, ਉਹਨਾਂ ਦੇ ਪੇਰੈਂਟਸ ਦੀ ਮਿਹਨਤ ਜ਼ਿਆਦਾ ਹੁੰਦੀ ਹੈ, ਕਿਉਂਕਿ ਪੇਰੈਂਟਸ ਨੂੰ ਉਹਨਾਂ ਦੇ ਹਰ ਕਹਿੰਦੇ ਮਿਨਟ ਮਿਨਟ 'ਤੇ ਖਬਰ ਹੁੰਦੀ ਹੈ ਕਿ ਬੱਚੇ ਕੀ ਕਰ ਰਹੇ ਨੇ। ਪਰ ਜਿਹੜੇ ਸਾਡੇ ਕੋਲ ਸਰਕਾਰੀ ਸਕੂਲ ਦੇ ਵਿੱਚ ਬੱਚੇ ਆਉਂਦੇ ਨੇ, ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਦੇ ਪੇਰੈਂਟਸ ਨੂੰ ਈਵਨ ਕਿ ਉਹਨਾਂ ਦੇ ਨਾਮ ਵੀ ਪਤਾ ਨਹੀਂ ਹੁੰਦਾ ਬੱਚਿਆਂ ਦੇ ਵੀ ਕੀ ਨਾਮ ਹੈ। ਸਿਰਫ ਇੱਥੇ ਸਾਡੇ ਟੀਚਰਸ ਦੀ ਮਿਹਨਤ ਔਰ ਬੱਚਿਆਂ ਨੂੰ ਸਹੀ ਗਾਈਡ ਕਰਨ ਕਰਕੇ ਜਿਹੜੇ ਬੱਚੇ ਨੇ ਉਹ ਮਿਹਨਤ ਕਰਕੇ ਅੱਗੇ ਨਿਕਲਦੇ ਹੈ। ਔਰ ਜਿਵੇਂ ਇਸ ਬੱਚੇ ਨੇ ਪੰਜਾਬ ਵਿੱਚ 3rd ਪੋਜੀਸ਼ਨ ਹਾਸਲ ਕੀਤੀ ਹੈ ਅਤੇ ਬੱਚੇ ਮੈਰਿਟ ਦੇ ਵਿੱਚ ਵੱਧ ਤੋਂ ਵੱਧ ਪੰਜਾਬ ਕਹਿੰਦੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਆਉਂਦੇ। ਜਾਪਾਨ ਰਵਾਨਾ ਹੋਣ ਵਾਲੀ ਹਰਮਨਦੀਪ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡਾਲੀ ਤੋਂ ਆਉਂਦੇ ਹੈ ਅਤੇ ਮਾਨਸਾ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੈ। ਜਾਪਾਨ ਜਾਣ ਤੋਂ ਪਹਿਲਾਂ ਇਹਨਾਂ ਨੇ 10ਵੀਂ ਕਲਾਸ ਦੇ ਵਿੱਚ ਪੰਜਾਬ ਭਰ 'ਚੋਂ 3ਰਾ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਜਾਪਾਨ ਜਾ ਕੇ ਉੱਥੇ ਜਿੱਥੇ ਮਾਨਸਾ ਜ਼ਿਲ੍ਹੇ ਦਾ ਮਾਨ ਵਧਾਇਆ ਹੈ ਉੱਥੇ ਪੰਜਾਬ ਸਰਕਾਰ ਦਾ ਵੀ ਬੜਾ ਧੰਨਵਾਦ ਕਰਦੇ ਨੇ। ਦਲੀਪ ਸ਼ਰਮਾ, ਨਿਊਜ਼ 18, ਮਾਨਸਾ।